ਇਹ ਸਾਰਾ ਕੰਮ ਕਰਵਾ ਰਹੀ। ਦੈਟ ਮੀਨ ਜਿੰਨੀਆਂ ਫਰੌਤੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ, ਜਾਂ ਅੱਜ ਹੀ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ, ਸਿੰਗਰ, ਜਿਹੜਾ ਕੈਲੀਫੋਰਨੀਆ 'ਚ ਉਹਦੇ ਘਰ ਦੇ ਬਾਹਰ ਕੱਲ੍ਹ ਗੋਲੀਆਂ ਚੱਲੀਆਂ ਨੇ, AP ਢਿੱਲੋਂ। ਸੋ ਇਹ ਉਹਦਾ ਮਤਲਬ ਹੈ ਕਿ ਜਿਹੜਾ ਸਾਡਾ, ਮੈਂ ਸ਼ੁਰੂ ਤੋਂ ਕਹਿੰਦਾ ਆਇਆ, ਭਾਵੇਂ ਮਾਈਨਿੰਗ ਦਾ ਕੰਮ ਹੋਏ, ਭਾਵੇਂ ਡਰੱਗਸ ਦਾ ਕੰਮ ਹੋਏ, ਭਾਵੇਂ ਫਰੌਤੀਆਂ ਦਾ ਕੰਮ ਹੋਏ, ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗਹਿਰੀ ਇਨਵੋਲਵਮੈਂਟ ਹੈ। ਇਹਨੂੰ ਪਰਦਾਫਾਸ਼ ਕਰਨਾ ਚਾਹੀਦਾ, ਜੇ ਇਮਾਨਦਾਰੀ ਨਾਲ ਸਪੀਕਰ ਸਭ ਕੁਝ ਕਰਨਾ। ਇੱਕ ਛੋਟੇ ਜਿਹੇ SI 'ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ, ਚਲੋ ਆਪਣੀ ਸੁਪੀਰੀਓਰਿਟੀ ਵਿਖਾਤੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ, ਬਟ ਸਾਰੇ ਪੰਜਾਬ ਦੇ ਵਿੱਚ ਗਵਰਨਮੈਂਟ ਨੂੰ ਬੜਾ ਗੰਭੀਰਤਾ ਨਾਲ ਵਿਚਾਰਨਾ ਪਏਗਾ। ਅੱਜ ਮੈਂ ਇਹ ਇਸ ਇਸ਼ੂ ਨੂੰ ਫਿਰ ਦੇਖੋ, ਕੱਲ੍ਹ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ, ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦਿਓ ਤਾਂ ਸਾਨੂੰ 8 ਦਿਨ ਦੇ ਟਾਈਮ ਚਾਹੀਦਾ ਮਿਨੀਮਮ। ਜੇ 117 MLA ਜਿਹੜੇ ਚੁਣ ਕੇ ਆਏ ਨੇ, ਘੱਟ ਤੋਂ ਘੱਟ ਕੋਈ 10 ਮਿੰਟ ਤਾਂ ਦਿਓ। ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ, ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ, ਇਹਦੇ 'ਚੋਂ 90% ਲੋਕਾਂ ਨੂੰ ਵਕਤ ਹੀ ਨਹੀਂ ਮਿਲਦਾ ਜੀ। ਐਂਡ ਦੀ ਹੋਲ ਪਰਪਸ ਇਜ਼ ਡਿਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਉੱਠ ਜਾਣਾ। ਸੋ ਮੇਰਾ ਇਹ ਕਹਿਣਾ ਕਿ ਕੰਪਲੀਟ ਫਰੋਡ ਹੈ, ਡਰਾਮਾ ਹੈ, ਗਵਰਨਮੈਂਟ ਹੈਜ਼ ਕੰਪਲੀਟਲੀ ਫੇਲਡ। ਦੇਰ ਇਜ਼ ਅ ਬਿਗ ਫਾਈਨੈਂਸ਼ੀਅਲ ਕ੍ਰਾਈਸਿਸ ਆਫ ਦੀ ਗਵਰਨਮੈਂਟ। ਇਸ ਮਹੀਨੇ ਦੇ ਵਿੱਚ ਤਨਖਾਹਾਂ ਅਤੇ ਪੈਨਸ਼ਨਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਸੋ ਇਹ ਸਾਰੇ ਇਸ਼ੂਜ਼ ਅੱਜ ਬੜਾ ਲੰਬਾ ਤਜਰਬਾ ਹੈਗਾ ਸਿਆਸਤ ਦੇ ਵਿੱਚ, ਵਿਧਾਨ ਸਭਾ ਦਾ ਬੜਾ ਲੰਬਾ ਤਜਰਬਾ ਹੈ। ਕੱਲ੍ਹ ਜੋ ਵਿਧਾਨ ਸਭਾ 'ਚ ਮਤਾ ਪਾਸ ਹੋ ਗਿਆ, ਕੀ ਪੁਲਿਸ ਅਤੇ ਗੈਂਗਸਟਰਾਂ ਦਾ ਆਪਸ ਦੇ ਵਿੱਚ ਨੈਕਸਸ ਹੈ, ਇਸ ਤਰੀਕੇ ਦਾ ਮਤਾ ਕਦੇ ਪਹਿਲਾਂ ਵੀ ਪਾਸ ਹੋਇਆ, ਇਸ ਤਰੀਕੇ ਦੇ ਹਾਲਾਤ ਪਹਿਲਾਂ ਕਦੇ ਬਣੇ ਆ ਪੰਜਾਬ ਦੇ ਵਿੱਚ ਤੁਹਾਡੇ ਤਜਰਬੇ? ਦੇਖੋ ਜੀ, 100 ਇਸ ਤੋਂ ਇਸ ਸਰਕਾਰ ਤੋਂ ਪਹਿਲੇ ਤਾਂ ਕਦੀ ਕਿਸੇ ਨੇ ਗੈਂਗਸਟਰਸ ਦਾ ਨਾਂ ਹੀ ਨਹੀਂ ਸੀ ਸੁਣਿਆ। ਇਹ ਬਿਮਾਰੀ ਹੁਣੇ ਆਈ ਹੈ, ਇਸ ਨਵੀਂ ਸਰਕਾਰ ਨਾਲ ਆਈ ਹੈ, ਅਤੇ ਮੇਰਾ ਖਿਆਲ ਹੈ ਕਿ ਸਰਕਾਰ ਸਗੋਂ ਇਹਨਾਂ ਨੂੰ ਪੈਦਾ ਕਰ ਰਹੀ ਹੈ। ਇਹਨਾਂ ਇਸ ਇਹ ਗਵਰਨਮੈਂਟ ਬਕਾਇਦਾ ਤੌਰ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖੁਦ ਮਸ਼ਰੂਮਿੰਗ ਕਰ ਰਹੀ ਹੈ। ਇਹਨਾਂ ਨੂੰ ਸੇਫ ਹੈਵਨਸ ਜਿਹੜੀਆਂ ਨੇ ਪੰਜਾਬ ਦੀਆਂ ਜੇਲ੍ਹਾਂ 'ਚ ਦੇ ਰਹੀ ਹੈ, ਇਹਨਾਂ ਨੂੰ ਸੇਫਗਾਰਡ ਵੀ ਕਰ ਰਹੀ, ਇਹਨਾਂ ਨੂੰ ਘੁਮਾ ਵੀ ਰਹੀ ਹੈ, ਇਹਨਾਂ ਦੇ ਥਰੂ ਪ੍ਰੋਪਰਟੀਆਂ ਦੇ ਕਬਜ਼ੇ ਵੀ ਲਏ ਜਾ ਰਹੇ ਨੇ, ਇਹਨਾਂ ਦੇ ਥਰੂ ਫਰੌਤੀਆਂ ਵੀ ਹਾਸਿਲ ਕੀਤੀਆਂ ਜਾ ਰਹੀਆਂ। ਇਹਨਾਂ ਦੀ ਜਿੰਨਾ ਇਹਨਾਂ ਦੀ ਦਹਿਸ਼ਤ ਬਣਾਉਣਗੇ, ਉਹਦੇ ਨਾਲ ਹੀ ਇਹਨਾਂ ਨੂੰ ਫਿਰ ਪੈਸੇ ਵਾਪਸ ਮਿਲਣਗੇ ਜੀ। ਸੋ ਇਹ ਇੱਕ ਬੜਾ ਇੱਕ ਸੋਚੀ ਸਮਝੀ ਸਾਜਿਸ਼ ਵਾਲੀ ਗੱਲ ਹੈ। ਸੋ ਆਈ ਐਮ ਗੋਇੰਗ ਟੂ ਪਿੱਕ ਦਿਸ ਇਸ਼ੂ ਅਪ, ਲੈਟ ਅਸ ਸੀ ਅੰਦਰ ਕੀ ਕਰਦੇ। ਬਾਜਵਾ ਸਾਹਿਬ, ਜਿਸ ਤਰੀਕੇ ਦੇ ਨਾਲ ਅੱਜ ਪ੍ਰੋਪਰਟੀਆਂ ਨੂੰ ਲੈ ਕੇ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਹੈਗਾ, NOC ਦੀ ਸ਼ਰਤ ਘਟਾਈ ਜਾ ਰਹੀ ਹੈ ਕਿ ਜੇ ਕੋਈ ਨਕਲੀ ਕਾਨੂੰਨੀਆਂ ਘਟਦਾ ਉਸ ਨੂੰ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਜਾ ਰਿਹਾ। ਦੇਖੋ, ਗੱਲ ਇਸ ਤਰ੍ਹਾਂ, ਉਹ ਆ ਜਾਏ ਉੱਥੇ, ਉਹਦੇ 'ਤੇ ਅੰਦਰ ਬਹਿਸ ਵੀ ਹੋਏਗੀ, ਕਰਾਂਗੇ, ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਨੂੰ ਇਸ਼ੂ ਤੇ ਬਹਿਸ ਵੀ ਕਰਾਂਗੇ। ਇਲੀਗਲ ਕਲੋਨੀਜ਼ ਹੈਗੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਘਰ ਲਿੱਤੇ ਗਏ ਨੇ, ਕਿਤੇ ਨਾ ਕਿਤੇ ਇਲਜ਼ਾਮ ਫਿਰ ਪੁਰਾਣੀਆਂ ਸਰਕਾਰਾਂ 'ਤੇ ਲਗਾਉਂਦੇ ਨੇ, ਕਹਿੰਦੇ ਕਿ ਉਹਨਾਂ ਦੇ ਸਮੇਂ 'ਚ ਸਾਡੀ ਇਲੀਗਲ ਕਲੋਨੀਜ਼ ਜਿਹੜੀਆਂ ਨੇ ਕੱਟੀਆਂ ਗਈਆਂ। ਕੀ ਹੋਇਆ ਜੀ? ਇਲੀਗਲ ਕਲੋਨੀਜ਼ ਦਾ ਜ਼ਿਕਰ ਕਰ ਰਹੇ ਨੇ ਕਿ ਪੁਰਾਣੀ ਸਰਕਾਰਾਂ ਜ਼ਿਆਦਾ ਕੱਟੀ ਗਈਆਂ ਨੇ, ਜਿਸ ਕਰਕੇ ਅਸੀਂ ਕਦੋਂ ਰੋਕਿਆ ਕਿਸੇ 'ਤੇ ਐਕਸ਼ਨ 'ਤੇ ਲਓ, ਭਾਵੇਂ ਪੁਰਾਣਿਆਂ 'ਤੇ ਲਓ, ਭਾਵੇਂ ਨਵਿਆਂ 'ਤੇ ਲਓ, ਕੋ ਲਓ ਤਾਂ ਸਹੀ। ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗੇ ਹੋ, ਅਗਲੇ ਆਣਗੇ ਉਹ ਕਹਿਣਗੇ ਪਿਛਲੇ ਪਾਸ ਕਰ ਗਏ ਸੀ, ਅਤੇ ਇਹ ਤਾਂ ਇੱਕ ਸਾਈਕਲ ਚੱਲੀ ਆਉਂਦਾ। ਅਸੀਂ ਤਾਂ ਵੇਖੋ ਓਪਨ ਹੈ ਇਸ ਗੱਲ ਨੂੰ, ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਦੀ ਹੋਏ, ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਦੇ ਐਕਸ਼ਨ ਲਓ, ਬਟ ਇਹ ਐਕਸ਼ਨ ਲੈਣ ਜੋਗੇ ਹੈ ਨਹੀਂ ਜੀ। ਦੇ ਜਸਟ ਮੇਕ ਐਕਸਕਿਊਜ਼, ਨਥਿੰਗ ਐਲਸ। ਠੀਕ ਹੈ ਜੀ।